ਰਹਿਮਾਨਿਰਹੀਮ ਅਸਲਾਮੁ ਅਲੈਕਮ। ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਤੇ ਮੈਂ ਆ ਤੁਹਾਡਾ ਮੇਜ਼ਬਾਨ ਆਜੀ ਇਰਫਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵੀਦਾ। ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਵੀ ਆਵੇਗੀ, ਤੁਸੀਂ ਲਾਈਕ ਵੀ ਕਰੋ ਦੇ, ਤੁਸੀਂ ਸ਼ੇਅਰ ਵੀ ਕਰੋ ਦੇ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰਾਮ ਵਾਲੀ ਵੀਡੀਓ ਜਿਹੜੀ ਹੈ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਵੀਡੀਓ ਇਸ ਤਰ੍ਹਾਂ ਜਨਾਬ ਜਿਹੜੀ ਬਣਾਉਣ ਲੱਗਾ, ਵੀਡੀਓ ਦਾ ਐਡਰੈਸ ਹੈ ਚਕੋੜੀ ਭਿੱਲੋਵਾਲ। ਤਕਰੀਬਨ ਮੈਂ 40 ਦੇ ਉੱਤੇ ਵੀਡੀਆਂ ਇਸ ਚਕੋੜੀ ਭਿੱਲੋਵਾਲ ਵਿੱਚ ਬਣਾ ਰਿਹਾ, ਇੱਕ ਤਾਲਮੀ ਕਹਿ ਲਓ। ਲੇਕਿਨ ਇਸ ਡੇਰੇ ਦੀ ਅੱਗੇ ਵੀਡੀਓ ਬਣੀ ਹੈ, ਅੱਗੇ ਇਮਰਾਨ ਦੇ ਨਾਂ ਦੇ ਬੰਦੇ ਆ ਜਿਹੜਾ ਬੱਚਾ ਜਿਹਨੇ ਇੰਟਰਵਿਊ ਦਿੱਤਾ, ਹੁਣ ਉਹਨਾਂ ਦੇ ਜਾਂ ਚਾਚਾ ਨੇ ਜਾਂ ਭਾਈ ਨੇ, ਉਹ ਉਹਨਾਂ ਦੇ ਜਨਾਬ ਇਕਰਾਮ ਨਾਂ ਹੈ ਉਹਨਾਂ ਦੇ ਭਾਈ ਹੈ। ਮੇਰਾ ਬੜਾ ਪਿਆਰਾ ਸਬਸਕ੍ਰਾਈਬਰ ਹੈ ਸਪੇਨ ਦੀ, ਉਹਨਾਂ ਨੇ ਮੈਨੂੰ ਸਾਰਾ ਜੂ ਹੀ ਆਇਆ ਮੈਨੂੰ ਉਹਨਾਂ ਦੱਸਿਆ ਆਈ ਸਾਹਿਬ ਪਹਿਲੀ ਵੀਡੀਓ 'ਤੇ ਲੱਗ ਕੇ ਹੁਣ ਤੱਕ ਵੀਡੀਓ ਜਿਹੜੀ ਹੈ ਤੁਹਾਡੀ ਵੇਖਦੇ ਆ ਪਿਆ। ਭਾਈ ਇਕਰਾਮ ਹੈ ਜਨਾਬ ਚਕੋੜੀ ਭਿੱਲੋਵਾਲ, ਅਤੇ ਉਹਨਾਂ ਨੂੰ ਜਨਾਬ ਮਾਈਕ 'ਤੇ ਲੈ ਆਉਂਦੇ ਹਾਂ, ਉਹਨਾਂ ਕੋਲ ਪੁੱਛ ਲੈਂਦੇ ਹਾਂ ਮੱਝਾਂ ਦਾ ਰੇਟ, ਮੱਝਾਂ ਦਾ ਸੂਆ, ਮੱਝਾਂ ਦਾ ਮੁੱਲ, ਮੱਝਾਂ ਦਾ ਦੁੱਧ ਉਹ ਤੁਹਾਡੇ ਸਾਹਮਣੇ ਲੈ ਆਉਂਦੇ ਹਾਂ, ਨਾਲੇ ਉਹਨਾਂ ਦਾ ਨੰਬਰ ਲੈ ਲੈਂਦੇ ਹਾਂ। ਆਓ ਜੀ ਭਾਈ ਇਕਰਾਮ, ਅਸਲਾਮ ਅਲੈਕਮ ਜੀ, ਕੀ ਹਾਲ ਹੈ ਜਨਾਬ? ਠੀਕ ਹੋ? ਲਓ ਜਨਾਬ ਅੱਗੇ ਵੀਡੀਓ ਵਿੱਚ ਵੇਖਦੇ ਹੋ, ਅੱਜ ਫੇਸ ਟੂ ਫੇਸ ਮੁਲਾਕਾਤ ਵੀ ਹੋ ਗਈ। ਜੀ ਇਹ ਤਾਂ ਬੜਾ ਕੰਮ ਹੋ ਗਿਆ ਨਾ ਕਿ ਜਿਹੜਾ ਜਲਾ ਕੀਤਾ ਤੇ। ਭਾਈ ਕਰਾਮ, ਹੁਣ ਮੱਝਾਂ ਤੁਹਾਡੀਆਂ ਜਿਹੜੀਆਂ ਨੇ ਕਿੰਨੀਆਂ ਮੱਝਾਂ ਤੁਸੀਂ ਸੇਲ ਕਰਨੀਆਂ ਨੇ? ਤਕਰੀਬਨ ਜੀ 3 ਕਰ ਸਕਾਂ। 3 ਜੀ, 3 ਮੱਝਾਂ ਸੇਲ ਕਰੋ ਜ਼ਰੂਰ ਇਨਸ਼ਾਅੱਲਾ। ਅੱਛਾ, ਉਹਨਾਂ ਮੱਝਾਂ ਦਾ ਰੇਟ ਸੋਹਣਾ ਜਿਹਾ ਲਾਣਾ ਹੈ? ਇਹ ਮੱਝ ਜਨਾਬ ਤੁਸੀਂ ਆਪ ਬਿਹਤਰ ਜਾਣਦੇ ਹੋ, ਮੱਝਾਂ ਵਾਹਨੇ ਆ ਫਿਰ ਉਹ ਜਿਹੜਾ ਨਾ ਤੁਸੀਂ ਉਸ ਹਿਸਾਬ ਤੇ ਮੱਝ ਦਾ ਨੰਬਰ ਮੈਂ ਲਾ ਲੈਣਾ ਜਿਹੜੀਆਂ 3 ਮੱਝਾਂ ਦਾ ਰੇਟ ਤੁਸੀਂ ਲਾਣਾ। ਸ਼ੁਰੂ ਕਰ ਦਿਓ। ਠੀਕ ਹੈ, ਤੇ ਤੁਸੀਂ ਨੰਬਰ ਬੋਲੋ ਆਪਣਾ। 341-6-29-044 ਫਿਰ ਬੋਲੋ। 341-6-29-044 ਚਕੋੜੀ ਭਿੱਲੋਵਾਲ ਜੀ, ਚੌਧਰੀ ਇਕਰਾਮ ਕਿਹੜੇ ਕਟਾਰੀਏ? ਕਟਾਰੀਏ। ਅੱਛਾ ਜੀ, ਇਹ ਬਾਬਾ ਅਸ਼ਰਫ ਵੀ ਤੁਹਾਡੀ ਜ਼ਾਤ ਜੀ? ਮੇਰਾ ਕਜ਼ਨ ਹੈ। ਆ ਉਹਨਾਂ ਦੀ ਅੱਗੇ ਵੀਡੀਓ ਮੈਂ ਬਣਾਈਆਂ ਨੇ। ਅੱਛਾ ਜੀ, ਮਾਜ ਨੰਬਰ 1 ਜੀ ਭਾਈ ਇਕਰਾਮ, ਮਾਜ ਦੱਸੋ ਜੀ, ਇਹਦੀ ਗੱਲ ਸੁਣਾਓ ਮਾਜ ਦੀ। ਮਾਜ ਨੰਬਰ 1 ਆ ਜਿਹੜੀ ਕੈਮਰਾਮੈਨ ਵਹਾਂਦਾ ਪਿਆ, 3.5 ਲੱਖ ਜੀ। 3.5 ਲੱਖ ਜੀ, ਕੇ ਮਾਜੇ ਦੀ ਮਾਜ ਬਣਾਓ ਜ਼ਰਾ। ਤ੍ਰੀਜੇ ਸੂਏ ਮਾਜੇ, ਤ੍ਰੀਜੇ ਸੂਏ ਮਾਜ ਦੇ ਮਗਰ। ਅੱਛਾ, ਨੇੜੇ ਆ ਜਾਓ ਇੱਥੇ, ਤੇ 14-15 ਕਿਲੋ ਦੁੱਧ ਜਿਸ ਟਾਈਮ ਮਰਜ਼ੀ ਖਵਾ ਕੇ ਦੋ ਟਾਈਮ ਤਸੱਲੀ ਕਰੇ, ਘੱਟ ਨਹੀਂ ਹੋਵੇਗਾ। 15 ਕਿਲੋ ਬਿਲਕੁਲ। ਆਪਣਾ ਦੋ ਟਾਈਮ ਕੁਝ ਅੱਛਾ 40 ਕੱਢ ਗਈ 3.5 ਠੀਕ ਹੈ ਜੀ। ਨੰਬਰ 2 ਜੀ, ਹਾਂ ਜੀ ਭਾਈ ਕਰਾਮ, ਮਾਜ ਨੰਬਰ 2, ਹਾਂ ਜੀ ਭਾਈ ਜੀ ਖੋਲੋ ਮਾਜ। ਅੱਛਾ, ਕਿਤਮਾ ਸੂਆ ਜੇ ਮਾਜ ਦਾ? ਇਹ ਮਾਜ ਤ੍ਰੀਜੇ ਸੂਏ, ਤ੍ਰੀਜੇ ਸੂਏ, ਇਹ ਵੀ ਤ੍ਰੀਜੇ, ਇਹ ਵੀ ਤ੍ਰੀਜੇ, ਮਗਰ ਕੇਸ ਕੱਟੀ ਕੱਟਾ, ਇਹਦੇ ਕੱਟੀ, ਇਹਦੇ ਮਗਰ ਕੱਟੀ ਹੈ। ਇਹ ਕਦੋਂ ਦੀ ਸੂਈ ਹੈ? ਇਹਨੂੰ ਮੇਰੇ ਹਾਲੇ ਮਹੀਨਾ 5 ਦਿਨ ਹੋ ਗਏ ਜੀ। ਮਹੀਨਾ 5 ਦਿਨ ਇਹਨਾਂ ਹੀ। ਇਹਦਾ ਕਿੰਨਾ ਕੋਈ ਚਾਹੀਦਾ ਦੁੱਧ? ਇਹਦਾ 2-16 ਕਿਲੋ ਤਕਰੀਬਨ ਕਿੰਨਾ ਚਾਹੁੰਦੇ? ਕਿੰਨਾ ਚਾਹੁੰਦੇ? ਜਿਹੜਾ ਉਹ 9 ਕਿਲੋ ਦੀ ਬਾਲਟੀ ਡੋਬਨੇ ਆ ਪਰ ਚਾਗੇ ਜੀ ਚਾਕ ਸਮੇਂ ਤੇ ਪਿਸ਼ਾਬ ਕਰੇ ਆ ਕੇ ਤੁਹਾਨੂੰ ਕੱਟੀ ਨੂੰ ਕਿੰਨਾ ਛੱਡ ਦਿਓ? ਥਣ 2 ਨਹੀਂ, 1.5 ਥਣ। ਲੋ ਜੀ, ਮਾਜ ਨੰਬਰ ਇਹਦਾ ਪਹਿਲੀ ਗੱਲ ਸੁਣਾਓ ਸੱਚੇ। ਇਹਦਾ ਜੇ ਰੁਪਿਆ 3.5 ਲੱਖ, 3.5 ਲੱਖ ਜ਼ਿਆਦਾ ਨਹੀਂ ਮੰਗਦੇ? ਨਹੀਂ ਨਹੀਂ, ਸੂਆ ਮਾਜ ਨਹੀਂ, 3.5 ਲੱਖ ਸੂਆ ਵੀ ਤੇਰੀ ਬਸ ਵਾਲੀ ਹੈ ਸਰ, ਅਸੀਂ ਦੇਣ ਵਾਸਤੇ ਗੱਲ ਕੀਤੀ। ਅੱਛਾ, 3.5 ਫਾਈਨਲ ਹੈ? ਫਾਈਨਲ।
ਦੁੱਧ ਪੂਰਾ ਕਰਾ ਲੈਣਾ ਜੀ। ਮੈਂ ਕਹਿੰਦਾ ਜੀ ਵੱਧ ਹੋਏ ਉਸ ਤੇ ਕੋਈ ਖੜੀ ਹੋ, ਜੇ ਘੱਟ ਹੋਏ ਤੇ ਪਿਛਾ ਕੇ। ਮਾਜ ਨੰਬਰ 3 ਪਾਓ ਜੀ ਮੁੱਲ ਵਾਲੀ, ਖੋਲੋ ਜੀ ਮਾਜ ਭਾਈ 3 ਜੀ। ਹਾਂ ਭਾਈ ਕਰਾਮ, ਮਾਜ ਬਣਾਓ ਹਾਂ ਥੋੜੀ ਜੀ ਆਪੂ ਵੀ। ਇਹਦਾ ਜੀ 2,20,000 ਨਹੀਂ, ਪਹਿਲਾਂ ਬਣਾਓ ਮਾਜ ਨੂੰ ਕੇ ਮਾਜੇ, ਦੂਜੇ ਸੂਏ, ਤੀਜੇ ਸੂਏ। ਇਹ ਵੀ ਤੀਜੇ ਸੂਏ, ਤੀਜੇ ਸੂਏ ਜੇ ਅਸੀਂ ਮੰਡੀ ਤੋਂ ਆਂਦੀ ਹੈ ਉਹਨਾਂ ਕਦੋਂ ਦੀ ਸੂਈ ਹੈ? ਦੂਜੇ ਸੂਏ ਤੇ ਸਿਆ ਤੇ ਕਦੋਂ ਦੀ ਸੂਈ ਹੈ? ਇਹਨੂੰ ਮਹੀਨਾ ਡੇਢ ਹੋ, ਇਹਨੂੰ ਵੀ ਮਹੀਨਾ ਹੋ ਗਿਆ ਤਕਰੀਬਨ। ਜੇ ਤੂੰ ਅੱਗੇ ਬਣਾਈ ਜੀ ਉਦੋਂ ਪਤਾ ਜੇ ਆਖਿਆ ਜੇ ਵੀ ਇਹ ਕੋਨੀ ਉਸੇ ਮੈਂ ਕਿਹਾ ਤਾਂ ਕੀ ਬਣਾਣਾ ਹੈ। ਬਿਲਕੁਲ। ਅੱਛਾ ਇਹ ਹੁਣ ਕਿੰਨਾ ਕੁ ਦੁੱਧ ਦਿੰਦੀ ਜੇ ਵੀ ਮਾਜ ਪੱਕੇ ਸੂਏ ਵਿੱਚ ਵੜ ਗਈ? ਜੀ ਪੱਕੇ ਚ ਵੜ ਗਈ। ਇਹਦਾ ਕੀ ਫਰਕ ਵਾਲੀ ਗੱਲ ਹੀ ਕਰੀ ਆ, ਕੀ ਹਿਸਾਬ ਕਿਤਾਬ ਇਹਦਾ? ਇਹਦੇ ਕੋਲੇ ਜੀ 13 ਤੋਂ 14 ਕਿਲੋ ਦੁੱਧ। 13 ਤੋਂ 14 ਕਿਲੋ ਕੱਟੀ ਸਮਾਗਰ ਕੱਟਾ ਕੱਟੀ ਕੱਟੀ ਜੀ। ਅੱਛਾ 13 14 ਕਿਲੋ ਦੁੱਧ ਹੈ ਸੂਣ ਜੀ ਸਰ। ਜਿਹੜੇ ਦੱਸਾਂ ਤੇ ਉਹਦੇ ਤੋਂ ਕੋਈ ਵੱਧ ਹੀ ਪਾ ਦੇਣ ਦੀਆਂ ਘੱਟ ਦਿੱਤਾ ਨੇ ਤੇ ਬਿਲਕੁਲ ਠੀਕ ਹੈ। ਤੇ ਕੀ ਡਿਮਾਂਡ ਚਾਹੀਦੀ ਇਹਦਾ ਜੀ? 2,20,000। 2,20,000 ਜੀ ਫਾਈਨਲ। ਫਾਈਨਲ ਦੁੱਧ ਕਿੰਨਾ ਦੱਸਿਆ ਜੀ? 13 ਤੋਂ 14 ਠੀਕ ਹੈ। ਮੇਲ ਦੀ ਕੀ ਹਿਸਾਬ ਕਰ? ਮੇਲ ਦੀ ਜੀ ਬੜੀ ਮਸਕੀਨ ਹੈ। ਅੱਛਾ ਅਗਲਿਆਂ ਨੇ ਮਿੱਠੀ ਹੈ ਮੂੰਹ ਦੀ? ਮਿੱਠੀ ਸਾਰਾ ਮੂੰਹ ਚ ਹੁਣ ਕਹਿੰਦੇ ਉਹ ਤੇ ਹੱਥ ਪਾ ਲੈਂਦਾ। ਚਲੋ ਠੀਕ ਹੈ, ਮਗਰ ਕੱਟੀ ਸਵੈ ਜੀ? ਮਗਰ ਕੱਟੀ ਪਾ ਮੁੜਿਆ ਮੂੰਹ ਜਾ। ਬਿਲਕੁਲ ਕਹਾਣੀ ਕੋਈ ਨਹੀਂ ਸਵੈ, ਜਿਹੜੀ ਜਿਹੜੀ ਸਾਰੀਆਂ ਤਕਰੀਬਨ ਸਾਉ ਜੀ। ਠੀਕ ਹੈ। ਅੱਛਾ ਜੀ 2,20,000। 2,20,000 ਠੀਕ ਹੈ। ਮਜਾ ਜੀ ਕੈਮਰਾ ਮਾਰ ਛੜੋ ਮਾਨ ਆਪਣਾ ਆਇਆ ਕੈਮਰਾਮੈਨ ਸਾਰਿਆਂ ਜਾਨਵਰਾਂ ਤੇ, ਕਿਉਂਕਿ ਜੇ ਕਿਸੇ ਦੇ ਪਸੰਦ ਆ ਗਈ ਨਾ ਮਾਜ ਤੇ ਭਾਈ ਜੀ ਕਿਆ ਮਸਲਾ? ਠੀਕ ਹੈ ਤੁਸੀਂ ਦੇ ਤੂੰ ਜੇ ਕਿਨੂੰ ਹੈ ਖਾ ਲਾ ਆ ਜਾਂਦੀ ਹੈ। ਬਿਲਕੁਲ ਜੀ ਬੁੱਕ ਇਹ ਨੰਬਰ ਟੋਟਾ ਬੇਸੜਿਆ ਹੈ ਉਹ ਟੋਟਾ ਰਾਸਤਾ ਕਰ ਦੇਗਾ ਇਹਨਾਂ ਕਿੱਲਾ ਵਾ 3 ਵਾਰ ਜੇ ਕਿੱਲਾ ਹੋ ਜੇ ਪਸੰਦ ਕਿਸੇ ਦੇ ਆ ਜੇ ਤੇ ਉਹ ਤੁਹਾਡੇ ਨਾਲ ਰਾਬਤਾ ਕਰ ਲੇਗਾ ਤੁਸੀਂ ਜਨਾਬ ਮੇਰੀ। ਉਹ ਮਾਜਾਂ ਤੁਸੀਂ ਇੱਕ ਵੀਡੀਓ ਬਣਾਈ ਸੀ ਨਾ ਜਿਹੜੀ ਜਰਾ ਜੀ ਤੋਂ ਗੱਲ ਇਹ ਦੱਸ ਕੇ ਜਾਣਾ ਜੀ। ਅਸੀਂ ਜਿਹੜੇ ਉਸ ਨੂੰ ਸਨਮਾਨ ਕਰਨੇ ਤੇ ਆਪਣੀ ਮੈਂ ਮਿਲੀ ਹੈ ਉਹ ਜਿਹੜਾ ਨਹੀਂ ਉਹ ਜਿਹੜੀਆਂ ਵਾਲਾ ਵੀਡੀਓ ਬੜੇ ਅੱਛੇ ਦੀ ਕੋਈ ਬਣਾਉਂਦੇ ਛੇ ਮਹੀਨਾ ਉਹਨੇ ਤੁਹਾਨੂੰ ਇੱਕ ਮਜ਼ੇਦਾਰ ਕਾਰਡ ਕੇ ਬਣਾ ਕੇ ਦਿੱਤਾ ਕਿ ਇਹ ਸਮਝ ਜਾਵੇ ਮੈਂ ਮੁਫਤ ਧਿਆਨ ਦਾ ਯਾਦ ਕਰ ਆਪਣੇ ਨਹੀਂ ਨਾਦਰ ਨਹੀਂ ਸੁਣਾ ਐ ਸੁਣਾ ਖਿਦਰਾ ਫਿਦਰਾ। ਠੀਕ ਹੈ ਜੀ ਤੁਸੀਂ ਮੱਝਾਂ ਵਹਾਓ ਸਾਰੀਆਂ ਇਨਸ਼ਾਅੱਲਾ ਤੇ ਜੇ ਕਿਸੇ ਭਰਾ ਦੇ ਪਸੰਦ ਆਈਆਂ ਤੇ ਅੱਲਾਹ ਤਾਲਾ ਜਨਾਬ ਜਾਨਵਰਾਂ ਨੂੰ ਇਹ ਜਿਸ ਤਰ੍ਹਾਂ ਸਾਂਭੇਗਾ ਮੱਝਾਂ ਤੇ ਤੁਸੀਂ ਆਏ ਤੇ ਮੱਝਾਂ ਤੇ ਹੁਸੈਨ ਆਏ ਅੱਗੇ ਇਮਰਾਨ ਦੇ ਹੁੰਦੇ ਮੱਝਾਂ ਤੇ ਹੁਸੈਨ ਲਓ ਜੀ ਆ ਜਾਓ ਆਓ ਜੀ ਇੱਥੇ ਘੋੜਾ ਵੀ ਆਇਆ ਚਲੋ ਜੀ ਕਰਾਮ ਕੋਲੇ ਘੋੜਾ ਵੀ ਤੁਹਾਨੂੰ ਵਹਾ ਲੈਂਦੇ ਹਾਂ ਉਹਨਾਂ ਕੋਲ ਰੇਟ ਵੀ ਪੁੱਛ ਲੈਂਦੇ ਹਾਂ ਜੇ ਉਹਨਾਂ ਸੇਲ ਕਰਨਾ ਤੇ ਉਮਰ ਵੀ ਜੀ ਪੁੱਛ ਲੈਂਦੇ ਹਾਂ ਬਾਕੀ ਜਿਹੜੀ ਇਹ ਉਹ ਘੋੜਿਆਂ ਵਾਲੇ ਘੋੜੇ ਨੂੰ ਜਾਣਦੇ ਨੇ ਜੋ ਕੁ ਹੈ ਸਾਡਾ ਕੰਮ ਹੈ ਵਹਾਣਾ ਅਸੀਂ ਵਹਾ ਸਕਦੇ ਹਾਂ। ਭਾਈ ਕਰਾਮ ਘੋੜੇ ਦੀ ਕੀ ਉਮਰ ਜੇ ਕੀ ਹਿਸਾਬ ਕਿਤਾਬ ਹੈ? ਘੋੜਾ ਜਵਾਨ ਜੀ ਐਵੇਂ ਜਵਾਨ ਜੀ ਪਿਆਰੀ ਦੁਆ ਕੇ ਜੀ। ਅੱਛਾ ਭਾਈ ਦਾ ਸਜਦਾ ਜੀ ਕੀ ਹਿਸਾਬ ਕਿਤਾਬ ਜੀ? ਭਾਈ ਦਾ ਜੀ ਘੋੜੇ ਕੱਪ ਲਿਆਂਦੇ ਨੇ। ਅੱਛਾ ਜੀ ਕਿਹਦੇ ਕਲੱਬ ਵਿੱਚ ਭਾਈ ਦਾ ਜੀ ਪਿਆ? ਕਿ ਵੈਸੇ ਹੀ ਨਹੀਂ 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 ਵੈਸੇ ਨਹੀਂ ਕਲੱਬ ਵਿੱਚ ਭਾਈ ਦਾ ਆ ਭਾਉ ਕਲੱਬ ਮਸਲ ਮਨੂ ਜ਼ੇਨ ਵਿੱਚ ਨਹੀਂ ਤੋਂ ਜਾਂ ਪਿੰਡੀ ਦਾ ਹੀ ਘੋੜਾ ਭੱਜ ਕੇ ਆਏ ਆ। ਅੱਛਾ ਇਹਦੇ ਕਿ ਆਪਣਾ ਜਵਾਨ ਹੈ ਹੁਣ ਫੁੱਲ ਹੈ ਫੁੱਲ ਤੇ ਕੇ ਇਹਦੀ ਡਿਮਾਂਡ ਕੇ ਜੇ ਘੋੜੇ ਦੀ? ਘੋੜੇ ਦਾ 3,00,000 ਰੁਪਇਆ। 3,00,000 ਰੁਪਇਆ ਜ਼ਿਆਦਾ ਨਹੀਂ ਹੁੰਦਾ ਕਿਤੇ ਜੀ? ਨਹੀਂ ਘੋੜੇ ਦੀ ਕੋਈ ਪਾਜ ਰੱਖੇ ਨਾ ਅਸੀਂ ਸਿਰਫ ਨਹੀਂ ਰੱਖਣਾ ਤਾਂ ਵਾਸਤੇ ਅਸੀਂ ਬੜੇ ਸ਼ੌਕ ਨਾਲ ਲਿਆ ਹੱਥ ਹੁਣ ਰਾਜ ਰਹੇ ਹਾਂ ਕਿਸਮ ਪਿਆਰ ਮੁਹੱਬਤ ਕਰੋ ਦੇ ਥੱਲੇ ਜ਼ਰੂਰ ਕਰਾਂ ਕਰੋ ਜੀ। ਚਲੋ ਜੀ ਵਿੱਚ ਆ ਗਿਆ ਤੁਸੀਂ ਲੈ ਕੇ ਆਇਓ ਤਾਂ ਜ਼ਰੂਰ ਕਰਾਂ ਆਓ ਜੀ ਤੇ ਜੋ ਉਂਝ ਕੋ ਆਇਆ ਤਾਂ ਫੇਰ ਲੋ ਜੀ ਫਿਰ ਉਹ ਜੇ ਉਂਝ ਵੀ ਆਵੇ ਤਾਂ ਤਾਂ ਵੀ ਉਹਦੇ ਨਾਲ ਪਿਆਰ ਮੁਹੱਬਤ ਜ਼ਰੂਰ ਕਰਨਾ ਲੈ ਕੇ ਲੈ ਲੋ ਜੀ ਆਓ ਜੀ ਆਦਰ ਆਜੋ ਸਾਰੇ ਭਰਾ ਲੋ ਜੀ ਚੋਈ ਕਰਾਮਾ ਸਾਹਿਬ ਆਓ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ ਚਕੋੜੀ ਭਿੱਲੋਵਾਲ ਚੌਧਰੀ ਕਰਾਮ ਇਕਟਾਰੀਆ ਉਹਨਾਂ ਦੇ ਡੇਰੇ ਤੇ ਇੱਕ ਘੋੜਾ 4-5 ਮੱਝਾਂ 3 ਮੱਝਾਂ ਦਾ ਰੇਟ ਲਾਇਆ ਨੇ ਹੋਰ ਵੀ ਉਹਨਾਂ ਨੇ ਮੱਝਾਂ ਜਿਹੜੀਆਂ ਵੀਡੀਓ ਵਿੱਚ ਵਹਾਈਆਂ ਨੇ ਕਿਸੇ ਭਰਾ ਦੇ ਪਸੰਦ ਆਵੇ ਸ਼ੌਕ ਨਾਲ ਤੇ ਕਹਿੰਦੇ ਨੇ ਜਨਾਬ ਜ਼ਰੂਰ ਤਾਮਨ ਕਰਾਂਦੇ ਲੋ ਜਨਾਬ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਦੇ ਰੱਬ ਰੱਖਾ ਆਪਣਾ ਜ਼ਰੂਰ ਖਿਆਲ ਰੱਖਣਾ ਮੈਂ ਭਰਾਵਾਂ ਦਾ ਦੁਆ ਕਵਾਂ ਨਾਰੇ ਦਾ ਜਵਾਬ ਜ਼ਰੂਰ ਦੇਣਾ ਪਾਕਿਸਤਾਨ।